ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਬਾਰਡਰਾਂ ਤੇ ਅੰਦੋਲਨ ਕਿਸਾਨਾਂ ਦੇ ਵੱਲੋਂ ਬੜੇ ਜ਼ਬਰਦਸਤ ਢੰਗ ਦੇ ਨਾਲ ਚਲਾਇਆ ਜਾ ਰਿਹਾ ਹੈ, ਜਿਸ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਨਾਲ ਮੁਲਾਕਾਤਾਂ ਫੇਲ ਹੋਣ ਤੋਂ ਬਾਅਦ, ਗੱਲਬਾਤ ਦੇ 8 ਗੇੜ ਫੇਲ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਹੁਣ ਸਾਰਾ ਮਸਲਾ ਆਪਣੇ ਹੱਥ ਦੇ ਵਿੱਚ ਲੈ ਲਿਆ ਹੈ। ਖੇਤੀ ਕਾਨੂੰਨਾਂ ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ ਅਤੇ ਇੱਕ ਕਮੇਟੀ ਬਣਾ ਦਿੱਤੀ ਗਈ ਹੈ 4 ਮੈਂਬਰਾਂ ਦੀ, ਜੋ ਕਿ ਇਸ ਮਸਲੇ ਦਾ ਸਾਰਾ ਹੱਲ ਕੱਢੇਗੀ। ਉਸ ਕਮੇਟੀ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਬਹੁਤ ਵੱਡੇ ਸਵਾਲ ਖੜੇ ਕੀਤੇ ਗਏ ਨੇ। ਉਸ ਕਮੇਟੀ ਦੀ ਪੋਲ ਖੋਲਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਕਿਸਾਨਾਂ ਨੇ ਸਿੱਧੇ ਤੌਰ ਤੇ ਸੁਪਰੀਮ ਕੋਰਟ ਦੀ ਵਿਚੋਲਗੀ ਨੂੰ ਨਾ ਕਰ ਦਿੱਤੀ ਹੈ। ਕਿਵੇਂ ਪੋਲ ਖੋਲੀ ਹੈ ਕਮੇਟੀ ਦੇ ਮੈਂਬਰਾਂ ਦੀ ਕਿਸਾਨਾਂ ਨੇ ਅਤੇ ਆਖਰ ਕਿਉਂ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਸੁਪਰੀਮ ਕੋਰਟ ਦੀ ਵਿਚੋਲਗੀ ਦਾ, ਤੁਹਾਨੂੰ ਸਾਰਾ ਕੁਝ ਸੌਖੀ ਭਾਸ਼ਾ ਦੇ ਵਿੱਚ ਦੱਸਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨਾਂ ਦੇ ਵੱਲੋਂ ਸੁਪਰੀਮ ਕੋਰਟ ਦੀ ਵਿਚੋਲਗੀ ਤੋਂ ਇਨਕਾਰ ਕਿਉਂ ਕੀਤਾ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਸਿੱਧੇ ਤੌਰ ਤੇ ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਦਾ ਮੋਹਰਾ ਤੱਕ ਕਹਿ ਦਿੱਤਾ ਹੈ। ਆਖਰ ਉਹਨਾਂ ਨੇ ਅਜਿਹਾ ਕਿਹਾ ਕਿਉਂ ਹੈ, ਉਹਨਾਂ ਦੇ ਮੂੰਹੇ ਤੁਹਾਨੂੰ ਸੁਣਾ ਦਿੰਦੇ ਹਾਂ। ਸਾਡੀ ਤਾਂ ਮੰਗ ਸੀ ਇਹ ਵੀ ਕਾਨੂੰਨ ਵਾਪਸ ਲਏ ਜਾਣ, ਉਹਦੇ ਤੇ ਕੁਛ ਵੀ ਨਹੀਂ ਹੋਇਆ। ਸੋ ਇਸ ਕਰਕੇ ਸਭ ਤੋਂ ਵੱਡੀ ਸਾਡੇ ਤੇ ਜ਼ਿੰਮੇਵਾਰੀ ਆ ਵੀ ਇਹ ਸਦੀਆਂ ਬਾਅਦ ਉੱਠਿਆ ਅੰਦੋਲਨ ਸਰਕਾਰ ਜਿਸ ਤਰੀਕੇ ਨਾਲ ਸਾਜ਼ਿਸ਼ ਕਰ ਰਹੀ ਆ, ਜਿਵੇਂ ਸਰਵਉੱਚ ਨਿਆਲੇ ਨੂੰ ਇੱਕ ਮੋਹਰਾ ਬਣਾ ਕੇ ਜਿਵੇਂ ਲੱਗ ਰਿਹਾ, ਉਹਨੂੰ ਵਰਤੋਂ ਕਰਕੇ ਅੰਦੋਲਨ ਨੂੰ ਖਤਮ ਕਰਨ ਵਾਲੀ ਗੱਲ ਵਾਲੇ ਪਾਸੇ ਜਾ ਰਹੇ ਆ। ਕਮੇਟੀ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਠੰਡੇ ਬਸਤੇ ਤੇ ਪਾ ਦੇਣਾ। ਸੋ ਇਸ ਕਰਕੇ ਆਪਣੀ ਸੂਬਾ ਕਮੇਟੀ ਨੇ ਫੋਨਾਂ ਤੇ ਵਿਚਾਰ ਚਰਚਾ ਕਰਕੇ ਮੁੱਢਲੇ ਰੂਪ ਵਿੱਚ, ਬਾਕੀ ਤਾਂ ਆਰਡਰ ਪੜਾਂਗੇ ਉੱਤੇ ਆਪਣੇ ਵਕੀਲਾਂ ਦੀ ਰਾਏ ਕਰਾਂਗੇ, ਮੁੱਢਲੇ ਰੂਪ ਵਿੱਚ ਜਿਹੜੇ ਸੁਪਰੀਮ ਕੋਰਟ ਦੇ ਮੌਜੂਦਾ ਸਮੇਂ 'ਚ ਗੱਲਾਂ ਮੀਡੀਆ 'ਚ ਫੈਸਲੇ ਦੇ ਰੂਪ ਵਿੱਚ ਆਈਆਂ ਉਹਨਾਂ ਨੂੰ ਨਾ ਮਨਜ਼ੂਰ ਕਰਦੇ ਸੀ। ਸਾਡੀ ਜਥੇਬੰਦੀ ਨੂੰ ਇਹ ਪ੍ਰਵਾਨ ਨਹੀਂ ਹੈਗੀਆਂ। ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਜਿਹੜੇ 4 ਮੈਂਬਰ ਕਮੇਟੀ ਦੇ ਵਿੱਚ ਪਾਏ ਗਏ ਨੇ, ਉਹਨਾਂ ਨੂੰ ਲੈ ਕੇ ਵੀ ਬਹੁਤ ਵੱਡੇ ਸਵਾਲ ਉੱਠਦੇ ਦਿਖਾਈ ਦਿੰਦੇ ਨੇ ਅਤੇ ਸਵਾਲ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਹੀ ਚੁੱਕੇ ਗਏ ਨੇ। ਯੁਗਿੰਦਰ ਯਾਦਵ ਨੇ ਇੱਕ ਪੋਸਟ ਫੇਸਬੁੱਕ ਤੇ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਹਨਾਂ 4 ਮੈਂਬਰਾਂ ਦੀ ਪੋਲ ਖੋਲਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਇਸ ਪੋਸਟ ਦੇ ਉੱਪਰ ਯੁਗਿੰਦਰ ਯਾਦਵ ਨੇ ਲਿਖਿਆ ਹੈ, ਐਸੀ ਕਮੇਟੀ ਕਾ ਕਿਸਾਨ ਕਿਆ ਕਰੇਂਗੇ ਯੋਰ ਓਨਰ। ਮਤਲਬ ਹੈ ਕਿ ਜਿਹੜੀ ਕਮੇਟੀ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਹੈ ਉਸ ਕਮੇਟੀ ਦਾ ਕਿਸਾਨ ਆਖਰ ਕਰਨ ਕੀ, ਅਤੇ ਇੱਕ ਮੈਂਬਰ ਦੀ ਪੋਲ ਖੋਲਣ ਦੀ ਕੋਸ਼ਿਸ਼ ਯੁਗਿੰਦਰ ਯਾਦਵ ਦੇ ਵੱਲੋਂ ਕੀਤੀ ਗਈ ਹੈ, ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਜਿਹੜੇ 4 ਮੈਂਬਰ ਬਣਾਏ ਗਏ ਨੇ ਇਸ ਕਮੇਟੀ ਦੇ, ਜਿਸ ਕਮੇਟੀ ਨੇ ਸਾਰਾ ਹੱਲ ਕੱਢਣਾ ਹੈ, ਉਹ 4 ਮੈਂਬਰ ਹੀ ਪਹਿਲਾਂ ਹੀ ਕੇਂਦਰ ਸਰਕਾਰ ਦੇ ਇਹਨਾਂ 3 ਖੇਤੀ ਕਾਨੂੰਨਾਂ ਦਾ ਪੱਖ ਪੂਰ ਚੁੱਕੇ ਨੇ। ਕਿਵੇਂ ਪੂਰ ਚੁੱਕੇ ਨੇ, ਇੱਕ ਜਿਹੜਾ ਮੈਂਬਰ ਹੈ ਉਸਦੀ ਪੋਲ ਕਿਵੇਂ ਖੋਲੀ ਹੈ, ਉਸ ਬਾਰੇ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ ਮਾਨ ਦੀ, ਜਿਸ ਬਾਰੇ ਸਿੱਧੇ ਤੌਰ 'ਤੇ ਯੁਗਿੰਦਰ ਯਾਦਵ ਨੇ ਜਿਹੜੀ ਫੋਟੋ ਪਾਈ ਹੈ ਉਸ ਦੇ ਵਿੱਚ ਉਹਨਾਂ ਦੀ ਪੋਲ ਖੋਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਲਿਖਿਆ ਗਿਆ ਹੈ 14 ਦਸੰਬਰ 2020 ਨੂੰ ਇੱਕ ਕਿਸਾਨ ਸੰਗਠਨਾਂ ਦਾ ਗਰੁੱਪ ਕੇਂਦਰ ਸਰਕਾਰ ਨੂੰ ਮਿਲਿਆ ਸੀ ਅਤੇ ਉਹਨਾਂ ਨੇ ਇਸ ਕਾਨੂੰਨ ਦੇ ਸਮਰਥਨ ਦੇ ਵਿੱਚ, ਜਿਹੜੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਇੱਕ ਮੰਗ ਪੱਤਰ ਮੈਮੋਰੈਂਡਮ ਦਿੱਤਾ ਸੀ, ਪਰ ਇੰਨੀ ਗੱਲ ਜ਼ਰੂਰ ਕਹੀ ਸੀ ਕਿ ਹਾਂ ਕੁਝ ਸੋਧਾਂ ਹੋਣੀਆਂ ਚਾਹੀਦੀਆਂ ਨੇ ਪਰ ਇਹ ਕਾਨੂੰਨ ਲਾਗੂ ਕਰ ਦਿੱਤੇ ਜਾਣੇ ਚਾਹੀਦੇ ਨੇ। ਜੇਕਰ ਦੂਜੇ ਮੈਂਬਰ ਦੀ ਗੱਲ ਕਰੀਏ ਪ੍ਰਮੋਦ ਜੋਸ਼ੀ ਦੀ, ਤਾਂ ਉਹਨਾਂ ਬਾਰੇ ਵੀ ਸਿੱਧੇ ਤੌਰ 'ਤੇ ਇੱਕ ਫੋਟੋ ਬਣਾ ਕੇ ਪਾਈ ਗਈ ਹੈ ਅਤੇ ਉਹਨਾਂ ਦੀ ਪੋਲ ਖੋਲਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਇਸ ਫੋਟੋ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਨੇ ਸਿੱਧੇ ਤੌਰ 'ਤੇ ਬੜੇ ਸਖਤ ਤਰੀਕੇ ਦੇ ਨਾਲ ਜਿਹੜੀ MSP ਦੀ ਕਾਨੂੰਨੀ ਗਰੰਟੀ ਮੰਗੀ ਜਾ ਰਹੀ ਹੈ ਉਸਦਾ ਵਿਰੋਧ ਕੀਤਾ ਹੈ ਅਤੇ ਕੰਟਰੈਕਟ ਫਾਰਮਿੰਗ ਜਿਸਦਾ ਵਿਰੋਧ ਕਿਸਾਨ ਕਰ ਰਹੇ ਨੇ ਉਸਦਾ ਪੱਖ ਪ੍ਰਮੋਦ ਜੋਸ਼ੀ ਪੂਰ ਚੁੱਕੇ ਨੇ। ਫਾਈਨੈਂਸ਼ੀਅਲ ਐਕਸਪ੍ਰੈਸ ਦੇ ਵਿੱਚ ਇੱਕ ਆਰਟੀਕਲ ਵੀ ਪ੍ਰਮੋਦ ਜੋਸ਼ੀ ਦਾ ਲੱਗ ਚੁੱਕਾ ਹੈ ਜਿਸ ਦੇ ਵਿੱਚ ਸਿੱਧੇ ਤੌਰ 'ਤੇ ਉਹਨਾਂ ਨੇ MSP ਦੀ ਕਾਨੂੰਨੀ ਗਰੰਟੀ ਦੇ ਖਿਲਾਫ ਲਿਖਿਆ ਹੈ ਅਤੇ ਇਹਨਾਂ ਜਿਹੜੇ 3 ਖੇਤੀ ਕਾਨੂੰਨ ਬਣਾਏ ਗਏ ਨੇ ਉਹਨਾਂ ਦੇ ਖਿਲਾਫ, ਉਹਨਾਂ ਨੂੰ ਰੱਦ ਕਰਨ ਦੇ ਖਿਲਾਫ ਵੀ ਉਹਨਾਂ ਨੇ ਆਪਣੇ ਇਸ ਆਰਟੀਕਲ ਦੇ ਵਿੱਚ ਲਿਖਿਆ ਹੈ। ਤੀਜੇ ਮੈਂਬਰ ਦੀ ਗੱਲ ਕਰ ਲੈਂਦੇ ਹਾਂ, ਅਨਿਲ ਘਨਵਤ ਉਹਨਾਂ ਦਾ ਨਾਮ ਹੈ, ਉਹ ਮਹਾਰਾਸ਼ਟਰ ਦਾ ਇੱਕ ਸੰਗਠਨ ਹੈ, ਸ਼ੇਤਕਾਰੀ ਸੰਗਠਨ, ਜਿਸ ਨੇ ਕਿ 24 ਅਗਸਤ 2020 ਨੂੰ
ਸਿੱਧੇ ਤੌਰ ਤੇ ਇਹਨਾਂ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਦਿੱਤਾ ਸੀ ਅਤੇ ਮਹਾਰਾਸ਼ਟਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਲੈਟਰ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਖੇਤੀ ਕਾਨੂੰਨਾਂ ਦਾ ਸਵਾਗਤ ਕੀਤਾ ਸੀ। ਸਿਰਫ ਸਵਾਗਤ ਹੀ ਨਹੀਂ, ਉਹਨਾਂ ਦੇ ਵੱਲੋਂ ਤਾਂ ਪਟਾਖੇ ਵੀ ਚਲਾਏ ਗਏ ਸਨ, ਆਤਿਸ਼ਬਾਜ਼ੀ ਵੀ ਕੀਤੀ ਗਈ ਸੀ ਕਿ ਬਹੁਤ ਵਧੀਆ ਕਾਨੂੰਨ ਕੇਂਦਰ ਦੀ ਸਰਕਾਰ ਨੇ ਬਣਾਏ ਨੇ। ਚੌਥੇ ਮੈਂਬਰ ਦੀ ਗੱਲ ਵੀ ਕਰ ਲੈਂਦੇ ਹਾਂ, ਅਸ਼ੋਕ ਗੁਲਾਟੀ ਉਹਨਾਂ ਦਾ ਨਾਂ ਹੈ, ਐਗਰੀਕਲਚਰ ਇਕਨੋਮਿਸਟ, ਖੇਤੀਬਾੜੀ ਅਰਥਸ਼ਾਸਤਰੀ ਉਹਨਾਂ ਨੂੰ ਕਿਹਾ ਜਾਂਦਾ ਹੈ। ਉਹਨਾਂ ਦੀ ਪੋਲ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਨਾਂ ਨੇ ਕੀ ਕੀਤਾ ਹੈ ਇਹਨਾਂ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਹਾਂ। ਮਈ 2020 ਦੇ ਵਿੱਚ ਜਦੋਂ ਕਿ ਇਹਨਾਂ ਖੇਤੀ ਕਾਨੂੰਨਾਂ ਦਾ ਅਜੇ ਬਿੱਲ ਹੀ ਖਰੜਾ ਤਿਆਰ ਕੀਤਾ ਜਾ ਰਿਹਾ ਸੀ, ਚਰਚਾ ਹੀ ਚੱਲ ਰਹੀ ਸੀ, ਉਦੋਂ ਇਹਨਾਂ ਨੇ ਸਿੱਧੇ ਤੌਰ 'ਤੇ ਇਹਨਾਂ ਦਾ ਸਮਰਥਨ ਕਰ ਦਿੱਤਾ ਸੀ ਅਤੇ ਇਹਨਾਂ ਦੀ ਤੁਲਨਾ, ਜਿਹੜੇ ਬਿੱਲ ਬਣਾਏ ਗਏ ਸਨ ਇਹਨਾਂ ਦੀ ਤੁਲਨਾ 1991 ਵਿੱਚ ਹੋਈ LPG ਜਿਹੜੀ ਕਿ ਆਰਥਿਕ ਸੁਧਾਰ ਜਿਹਨਾਂ ਨੂੰ ਕਿਹਾ ਜਾਂਦਾ ਹੈ ਮਨਮੋਹਨ ਸਿੰਘ ਦੇ ਵੱਲੋਂ ਕੀਤੇ ਗਏ ਸਨ, ਉਹਨਾਂ ਦੇ ਨਾਲ ਤੁਲਨਾ ਕਰ ਦਿੱਤੀ ਸੀ ਕਿ ਇਹ ਤਾਂ ਬਹੁਤ ਵਧੀਆ ਨੇ। ਇਸ ਤਰ੍ਹਾਂ ਚਾਰੇ ਮੈਂਬਰਾਂ ਦੀ ਪੋਲ ਖੋਲ੍ਹਣ ਦੀ ਕੋਸ਼ਿਸ਼ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਜਿਹੜੇ 4 ਮੈਂਬਰ ਸੁਪਰੀਮ ਕੋਰਟ ਨੇ ਬਣਾ ਦਿੱਤੇ ਨੇ ਕਿ ਖੇਤੀ ਕਾਨੂੰਨਾਂ ਬਾਰੇ ਇਹ ਕਮੇਟੀ ਜਾਂਚ ਕਰੇਗੀ, ਸੁਪਰੀਮ ਕੋਰਟ ਨੂੰ ਰਿਪੋਰਟ ਦੇਵੇਗੀ, ਇਹ ਸਾਡੀ ਜਾਂਚ ਕੀ ਕਰਨਗੇ। ਇਹ ਤਾਂ ਪਹਿਲਾਂ ਹੀ ਖੇਤੀ ਕਾਨੂੰਨਾਂ ਦਾ ਪੱਖ ਪੂਰ ਚੁੱਕੇ ਨੇ ਅਤੇ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਹਾਂ ਪੱਖੀ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ। ਫਿਰ ਇਹ ਖੇਤੀ ਕਾਨੂੰਨ ਰੱਦ ਕਿਵੇਂ ਕਰਵਾ ਸਕਦੇ ਨੇ? ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਅਸੀਂ ਇਸ ਕਮੇਟੀ ਦੇ ਅੱਗੇ ਪੇਸ਼ ਨਹੀਂ ਹੋਵਾਂਗੇ, ਸਾਡੀ ਇੱਕੋ ਹੀ ਮੰਗ ਹੈ 3 ਖੇਤੀ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਨੇ। ਇਹ ਸਭ ਨੂੰ ਲੈ ਕੇ ਜਿਹੜੀ ਕਮੇਟੀ ਬਣਾਈ ਗਈ ਹੈ ਇਸ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਵੀ ਮੋਦੀ ਸਰਕਾਰ ਆਉਂਦੀ ਦਿਖਾਈ ਦਿੰਦੀ ਹੈ। ਜਰਨੈਲ ਸਿੰਘ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨੇ, ਪੰਜਾਬ ਦੇ ਆਪ ਦੇ ਇੰਚਾਰਜ ਨੇ, ਉਹਨਾਂ ਨੇ ਤਾਂ ਸੁਪਰੀਮ ਕੋਰਟ 'ਤੇ ਹੀ ਵੱਡੇ ਸਵਾਲ ਚੁੱਕ ਦਿੱਤੇ ਨੇ। ਉਹਨਾਂ ਦਾ ਬਿਆਨ ਸੁਣਾਉਣਾ ਤੁਹਾਨੂੰ ਬਹੁਤ ਜ਼ਰੂਰੀ ਹੈ। ਪਹਿਲਾਂ ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਜ਼ਬਰਦਸਤੀ 3 ਕਾਲੇ ਖੇਤੀ ਕਾਨੂੰਨ ਕਿਸਾਨਾਂ ਦੇ ਉੱਪਰ ਥੋਪ ਦਿੱਤੇ ਜਾਂਦੇ ਨੇ, ਉਸ ਤੋਂ ਬਾਅਦ ਲੰਮੀ ਲੜਾਈ ਲੰਮੇ ਪ੍ਰਦਰਸ਼ਨ ਤੋਂ ਬਾਅਦ ਅੱਜ ਸੁਪਰੀਮ ਕੋਰਟ ਵੱਲੋਂ ਫਿਰ ਜ਼ਬਰਦਸਤੀ ਕਮੇਟੀ ਮੀਡੀਏਸ਼ਨ ਵਾਸਤੇ ਬਣਾ ਦਿੱਤੀ ਜਾਂਦੀ ਹੈ। ਇਸ ਕਮੇਟੀ ਦੇ ਜੋ ਮੈਂਬਰਸ ਨੇ ਉਹਨਾਂ ਤੋਂ ਸਾਫ਼ ਪਤਾ ਲੱਗਦਾ ਵੀ ਕਿਸਾਨਾਂ ਦੇ ਜੋ ਸ਼ੰਕੇ ਸੀ ਕਿ ਸੁਪਰੀਮ ਕੋਰਟ ਕਿਹਨਾਂ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਉਹ ਪ੍ਰਮਾਣਿਤ ਹੋ ਜਾਂਦੇ ਨੇ। ਕਿਸਾਨਾਂ ਦਾ ਕਹਿਣਾ ਕਿ ਅਸੀਂ ਇਸ ਤਰੀਕੇ ਦੀ ਕਿਸੇ ਕਮੇਟੀ ਨੂੰ ਨਹੀਂ ਮੰਨਦੇ ਅਤੇ ਜਦ ਤੱਕ ਇਹ 3 ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਜਦ ਤੱਕ MSP ਦੀ ਕਾਨੂੰਨੀ ਗਰੰਟੀ ਨਹੀਂ ਹੁੰਦੀ, ਆਪਾਂ ਪਿੱਛੇ ਨਹੀਂ ਹਟਾਂਗੇ। ਆਮ ਆਦਮੀ ਪਾਰਟੀ ਇਸ ਗੱਲ ਦਾ ਪੂਰੀ ਤਰ੍ਹਾਂ ਸਵਾਗਤ ਕਰਦੀ ਹੈ। ਪਹਿਲੇ ਦਿਨ ਤੋਂ ਆਮ ਆਦਮੀ ਪਾਰਟੀ ਸੰਘਰਸ਼ ਵਿੱਚ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਸੀ ਅਤੇ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ, ਜਦ ਤੱਕ ਕੇਂਦਰ ਸਰਕਾਰ ਵੱਲੋਂ MSP ਦੀ ਕਾਨੂੰਨੀ ਗਰੰਟੀ ਦਾ ਕਾਨੂੰਨ ਨਹੀਂ ਬਣਦਾ, ਆਮ ਆਦਮੀ ਪਾਰਟੀ ਆਪਣੇ ਕਿਸਾਨਾਂ ਨਾਲ ਇਸ ਤਰੀਕੇ ਹੀ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੇਗੀ। ਇਸ ਤੋਂ ਇਲਾਵਾ ਆਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੇ ਵੱਲੋਂ ਵੀ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਲਾਈ ਗਈ ਰੋਕ ਨੂੰ ਲੈ ਕੇ ਇੱਕ ਟਵੀਟ ਕੀਤਾ ਗਿਆ ਹੈ। ਉਹਨਾਂ ਨੇ ਪੰਜਾਬੀ ਵਿੱਚ ਟਵੀਟ ਕੀਤਾ ਹੈ ਅਤੇ ਲਿਖਿਆ ਹੈ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣਾ ਹੀ ਕਿਸਾਨਾਂ ਦੀ ਮੰਗ ਹੈ, ਸਰਕਾਰ ਨੂੰ ਕਾਨੂੰਨ ਵਾਪਸ ਕਰਨੇ ਚਾਹੀਦੇ ਹਨ, ਕੋਈ ਹੋਰ ਬਹਾਨਾ ਨਹੀਂ ਚੱਲੇਗਾ, ਸੰਸਦ ਵਿੱਚ ਕਾਨੂੰਨ ਬਣੇ ਹਨ ਅਤੇ ਸੰਸਦ ਵਿੱਚ ਹੀ ਰੱਦ ਹੋਣੇ ਚਾਹੀਦੇ ਹਨ। ਬਿਨਾਂ ਮੰਗ ਤੋਂ ਬਣਾਈ ਹੋਈ ਕਮੇਟੀ ਕਿਸਾਨਾਂ ਨੇ ਨਾ ਮਨਜ਼ੂਰ ਕਰ ਦਿੱਤੀ ਹੈ। ਇਸ ਤਰ੍ਹਾਂ ਭਗਵੰਤ ਮਾਨ ਵੀ ਸਿੱਧੇ ਤੌਰ 'ਤੇ ਕਮੇਟੀ ਨੂੰ ਮੰਨਦੇ ਦਿਖਾਈ ਨਹੀਂ ਦਿੰਦੇ, ਉਹ ਕਹਿੰਦੇ ਨੇ ਕਿ ਸੰਸਦ ਦੇ ਵਿੱਚ ਕਾਨੂੰਨ ਬਣੇ ਨੇ ਤਾਂ ਫਿਰ ਰੱਦ ਵੀ ਸੰਸਦ ਦੇ ਵਿੱਚ ਹੀ ਕੀਤੇ ਜਾਣੇ ਚਾਹੀਦੇ ਨੇ। ਜੇਕਰ ਗੱਲ ਕਰੀਏ ਭਾਜਪਾ ਦੇ ਸਾਬਕਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸੁਖਬੀਰ ਸਿੰਘ ਬਾਦਲ ਨੇ 4 ਟਵੀਟ ਕਰ ਦਿੱਤੇ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ। 4 ਟਵੀਟ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੇ ਗਏ ਨੇ। ਉਹਨਾਂ ਨੇ ਆਪਣੇ ਟਵੀਟਾਂ ਦੇ ਵਿੱਚ ਆਖਰ ਕੀ ਲਿਖਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਹੈ। ਸੁਪਰੀਮ ਕੋਰਟ ਦੇ ਫੈਸਲੇ 'ਤੇ ਸੁਖਬੀਰ ਸਿੰਘ ਬਾਦਲ ਲਿਖਦੇ ਨੇ ਕਿ ਇਹ ਸਿੱਧੇ ਤੌਰ 'ਤੇ ਨੈਤਿਕ ਹਾਰ ਹੈ ਭਾਜਪਾ ਦੀ ਸਰਕਾਰ ਦੀ, ਕਿਉਂਕਿ ਅਕਾਲੀ ਦਲ ਵੀ ਪਹਿਲਾਂ ਹੀ ਇਹ ਕਹਿ ਰਿਹਾ ਸੀ ਕਿ ਇਹਨਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਜਿੰਨੀ ਦੇਰ ਤੱਕ ਕਿਸਾਨ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੇ ਉਨੀ ਦੇਰ ਤੱਕ ਇਹਨਾਂ ਨੂੰ ਕਾਨੂੰਨ ਲਾਗੂ ਨਹੀਂ ਕਰਨੇ ਚਾਹੀਦੇ ਸਨ। ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਕਿਸਾਨਾਂ ਦੇ ਇਸ ਪਵਿੱਤਰ ਜਿਹੜਾ ਸੰਘਰਸ਼ ਹੈ ਉਹਦੇ ਨਾਲ ਖੜਾ ਹੈ। ਇੱਕ ਹੋਰ ਟਵੀਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ 'ਤੇ ਇਸ ਕਮੇਟੀ ਨੂੰ ਇੱਕ ਜੋਕ, ਇੱਕ ਚੁਟਕਲਾ ਦੱਸਦੇ ਦਿਖਾਈ ਦਿੰਦੇ ਨੇ, ਇੱਕ ਮਜ਼ਾਕ ਦੱਸਦੇ ਦਿਖਾਈ ਦਿੰਦੇ ਨੇ। ਉਹਨਾਂ ਨੇ ਲਿਖਿਆ ਹੈ ਦ ਕਮੇਟੀ ਫੋਰਮਡ ਬਾਈ SC ਕੰਪਰਾਈਜ਼ਿੰਗ ਸਪੋਰਟਰਸ ਆਫ ਐਂਟੀ ਫਾਰਮਰ ਐਕਟ, ਮਤਲਬ ਹੈ ਕਿ ਜਿਹੜੇ ਮੈਂਬਰ ਬਣਾਏ ਗਏ ਨੇ ਉਹ ਸਿੱਧੀ ਤਰ੍ਹਾਂ ਪਹਿਲਾਂ ਤੋਂ ਹੀ ਸਪੋਰਟ ਦੇ ਵਿੱਚ ਨੇ ਇਹਨਾਂ ਬਿੱਲਾਂ ਦੇ, ਇਹਨਾਂ ਕਾਨੂੰਨਾਂ ਦੇ, ਇਸ ਕਰਕੇ ਇਸ ਕਮੇਟੀ ਦਾ ਕੋਈ ਵੀ ਮਤਲਬ ਨਹੀਂ ਬਣਦਾ। ਇਸ ਤਰ੍ਹਾਂ ਕਿਸਾਨਾਂ ਦੇ ਨਾਲ ਨਾਲ ਵਿਰੋਧੀ ਪਾਰਟੀਆਂ ਵੀ ਮੋਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧ ਰਹੀਆਂ ਨੇ ਅਤੇ ਜਿਹੜੀ ਕਮੇਟੀ ਬਣਾਈ ਗਈ ਹੈ, ਕਮੇਟੀ ਦੇ ਮੈਂਬਰ ਨੇ, ਉਹਨਾਂ
ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਉੱਠਦੇ ਦਿਖਾਈ ਦਿੰਦੇ ਨੇ ਅਤੇ ਇਹੀ ਸਵਾਲ ਹੁਣ ਅਸੀਂ ਤੁਹਾਡੇ ਕੋਲੋਂ ਆਪਣੇ ਦਰਸ਼ਕਾਂ ਕੋਲੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਜਿਹੜੇ ਵੀ ਤੁਸੀਂ ਇਸ ਵੇਲੇ ਇਸ ਖਬਰ ਨੂੰ ਦੇਖ ਰਹੇ ਹੋ ਤੁਹਾਡੇ ਕੋਲੋਂ ਪੁੱਛ ਲੈਣਾ ਚਾਹੁੰਦੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਸੁਪਰੀਮ ਕੋਰਟ ਨੇ ਅਜਿਹੇ ਮੈਂਬਰ ਕਮੇਟੀ ਦੇ ਵਿੱਚ ਕਿਉਂ ਰੱਖ ਦਿੱਤੇ ਨੇ ਜਿਹੜੇ ਕਿ ਪਹਿਲਾਂ ਹੀ ਖੇਤੀ ਕਾਨੂੰਨਾਂ ਦੇ ਸਮਰਥਕ ਨੇ ਜੋ ਵੀ ਤੁਹਾਡੀ ਰਾਏ ਹੈ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ ਇਸੇ ਤਰ੍ਹਾਂ ਹੀ ਜੇਕਰ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ 'ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ ਜੇਕਰ ਇਹ ਖਬਰ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਦਾ ਪੰਜਾਬ ਟੀਵੀ ਦਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ